बीजेपी को एक ही है कि केजरीवाल अगर बाहर आ गया तो बीजेपी वालों की खैर नहीं है। केजरीवाल आएगा, आज नहीं तो कल आएगा, शेर है वो, आएगा। केजरीवाल से डरता है ना मोदी, इसलिए उन्होंने केजरीवाल को अंदर डाल दिया। दिल्ली की पूरी जनता केजरीवाल के सपोर्ट में है। केजरीवाल की सारी सीटें जो उन्होंने बेईमानी से अपने नाम करी है, बीजेपी को कोई पसंद नहीं करता है सर। केजरीवाल को पहले तो वो काम करने नहीं देती है बीजेपी, कभी किसी चीज में इल्जाम में फांस देते हैं, कभी किसी चीज के इल्जाम में उसको फांस देते हैं। खुद क्या कर रहे हैं वो, अब अशोक नगर ले लो, शाहदरा विधानसभा, वहां पर तो उनकी अपनी है ना, लोकसभा की सीटें तो सारी उन्हीं के नाम में। अब उन्होंने बेईमानी गड़बड़ घोटाला किया है बीजेपी ने, गड़बड़ घोटाले से उन्होंने अपने नाम में दिखाई है दिल्ली की सारी सीटें। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਅਨਮਿਊਟ। ਇਸ ਵਕਤ ਅਸੀਂ ਖੜ੍ਹੇ ਹਾਂ ਆਮ ਆਦਮੀ ਪਾਰਟੀ ਦਿੱਲੀ ਦੇ ਮੁੱਖ ਦਫ਼ਤਰ, ਜਿੱਥੇ ਤੁਸੀਂ ਦੇਖ ਸਕਦੇ ਹੋ ਅੱਜ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ। ਇਹ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਬੀਤੇ ਦਿਨਾਂ ਪਹਿਲਾਂ ਈਡੀ ਜਿੱਥੇ ਕਾਰਵਾਈ ਕਰ ਰਹੀ ਸੀ, ਈਡੀ ਦੀ ਹਿਰਾਸਤ ਦੇ ਵਿੱਚ ਨੇ ਤਿਹਾੜ ਜੇਲ੍ਹ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ। ਉਸ ਤੋਂ ਬਾਅਦ ਹੁਣ ਸੀਬੀਆਈ ਦੀ ਐਂਟਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਹੋਰ ਵੱਧ ਚੁੱਕੀਆਂ ਨੇ, ਕਿਉਂਕਿ ਅੱਜ ਜੋ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ ਇਸੇ ਕਰਕੇ ਕੀਤਾ ਜਾ ਰਿਹਾ ਕਿ ਲੋਕਾਂ ਦਾ ਕਹਿਣਾ, ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਅਤੇ ਕਾਰਜਕਰਤਾਵਾਂ ਦਾ ਕਹਿਣਾ ਹੈ ਕਿ ਈਡੀ ਅਤੇ ਸੀਬੀਆਈ ਦੇ ਨਾਲ ਜਿਹੜਾ ਉਹਦੀ ਦੁਰਵਰਤੋਂ ਕਰਕੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਾਰੇ ਪਾਸੇ ਅੱਜ ਤੁਸੀਂ ਦੇਖ ਸਕਦੇ ਹੋ ਈਡੀ ਸੀਬੀਆਈ ਦੇ ਖਿਲਾਫ਼ ਭਾਜਪਾ ਸਰਕਾਰ ਨੂੰ ਆਮ ਆਦਮੀ ਪਾਰਟੀ ਘੇਰਦੀ ਹੋਈ ਨਜ਼ਰ ਆ ਰਹੀ ਹੈ। ਮੈਂ ਦੂਰ ਤੱਕ ਜਾਵਾਂ ਤੇ ਇਹ ਹੁਣ ਪ੍ਰਦਰਸ਼ਨ ਜਿਹੜਾ ਹੈ ਇਹ ITO ਤੇ ਕੀਤਾ ਜਾ ਰਿਹਾ, ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਤੇ। ਇੱਥੋਂ ਹੀ ਕੁਝ ਦੂਰੀ ਤੇ ਭਾਜਪਾ ਦਾ ਦਫ਼ਤਰ ਵੀ ਹੈਗਾ, ਉੱਥੇ ਲੋਕ ਜਿਹੜੇ ਆ ਪਹੁੰਚਣਗੇ। ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਹੋਰ ਵੀ ਇੱਥੇ ਮੌਜੂਦ ਨੇ ਤੇ ਲਗਾਤਾਰ ਲੋਕ ਜਿਹੜੇ ਆ, ਲੇਡੀਜ਼ ਵੀ ਇੱਥੇ ਮੌਜੂਦ ਨੇ, ਪਾਰਟੀ ਦੇ ਵਰਕਰ ਵੀ ਨੇ, ਨੇਤਾ ਵੀ ਨੇ, ਸਾਰੇ ਇੱਥੇ ਮੌਜੂਦ ਨੇ। ਲੋਕ ਲਗਾਤਾਰ ਇਹੀ ਜੋ ਹੈ ਕੋਸ਼ਿਸ਼ ਕਰ ਰਹੇ ਨੇ ਕਿ ਆਮ ਜਿਸ ਤਰੀਕੇ ਨਾਲ ਭਾਜਪਾ ਨੂੰ ਘੇਰਿਆ ਜਾਵੇ, ਇਹਦੇ ਖਿਲਾਫ਼ ਜਿਹੜਾ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਈਡੀ ਸੀਬੀਆਈ ਦੀ ਦੁਰਵਰਤੋਂ ਜਿਹੜੀ ਕੀਤੀ ਜਾ ਰਹੀ, ਸਾਡੇ ਨਾਲ ਮੌਜੂਦ ਨੇ ਲੋਕ। ਮੈਡਮ ਕਿਆ ਨਾਮ ਹੈ? ਸਿਕਸ਼ਾ ਰੋਹਿਲਾ। ਕਿਆ ਕਹਿਣਾ ਚਾਹੇਂਗੇ ਅੱਜ ਜੋ ਵਿਰੋਧ ਪ੍ਰਦਰਸ਼ਨ ਕਰ ਰਹੇ ਹੈ, ਆਪ ਕਹਿ ਰਹੇ ਈਡੀਆਈ ਸੀਬੀਆਈ ਕੀ ਦੁਰਵਰਤੋਂ ਹੋ ਰਹੀ ਹੈ, ਕਿਸ ਤਰੀਕੇ? ਉਨ੍ਹਾਂ ਔਰ ਕੁਛ ਕਾਮ ਨਹੀਂ ਹੈ, ਸਿਰਫ ਆਮ ਆਦਮੀ ਕੇ ਪਿੱਛੇ ਪੜੀ ਹੋਈ ਹੈ ਬੀਜੇਪੀ ਕੋ ਏਕ ਹੀ ਹੈ ਕਿ ਕੇਜਰੀਵਾਲ ਅਗਰ ਬਾਹਰ ਆ ਗਿਆ ਤੋ ਬੀਜੇਪੀ ਵਾਲੋ ਕੀ ਖੈਰ ਨਹੀਂ ਹੈ। ਕੇਜਰੀਵਾਲ ਆਏਗਾ, ਆਜ ਨਹੀਂ ਤੋ ਕੱਲ ਆਏਗਾ, ਸ਼ੇਰ ਹੈ ਵੋ, ਆਏਗਾ, ਪੱਕਾ ਆਏਗਾ। ਇਸ ਤਰੀਕੇ ਸੇ ਚੁਣਾਵ ਵੀ ਹੋ ਗਏ, ਉਨਕੋ ਪ੍ਰਚਾਰ ਕਰਨੇ ਕਾ ਸਮਾਂ ਮਿਲਾ, ਜ਼ਮਾਨਤ ਵੀ ਹੋ ਗਈ, ਲੇਕਿਨ ਅਬ ਸੀਬੀਆਈ ਕੀ ਐਂਟਰੀ ਹੋ ਗਈ ਹੈ। ਸੀਬੀਆਈ ਕੀ ਗ੍ਰਿਫਤਾਰੀ ਮਨੀਸ਼ ਸਿਸੋਦੀਆ ਨੇ ਵੀ ਕਰੀ ਥੀ, ਉਹਨਾਂ ਨੇ ਵੀ ਇਲਜ਼ਾਮ ਲਗਾਏ ਥੇ, ਤੋ ਅਬ ਸੀਬੀਆਈ ਜਿਸ ਤਰੀਕੇ ਸੇ ਕਾਰਵਾਈ ਕਰ ਰਹੀ ਹੈ, ਤੋ ਕਿਆ ਲੱਗਤਾ ਹੈ ਕਿ ਕੇਜਰੀਵਾਲ ਜੀ ਨਿਰਦੋਸ਼ ਹੈ ਜਾਂ ਘੋਟਾਲਾ ਹੁਆ ਹੈ? 100% ਨਿਰਦੋਸ਼ ਹੈ, ਕੋਈ ਘੋਟਾਲਾ ਨਹੀਂ ਹੈ, ਜਬ ਆਜ ਤੱਕ ਕੁਛ ਮਿਲਾ ਹੀ ਨਹੀਂ, ਆਗੇ ਕਿਆ ਮਿਲੇਗਾ ਉਨਕੋ, ਕੁਛ ਨਹੀਂ ਹੈ, ਸਿਰਫ ਕੇਜਰੀਵਾਲ ਕੋ ਅੰਦਰ ਲੈ ਜਾਣੇ ਕੇ ਲੀਏ ਉਨਕੇ ਪਾਸ, ਔਰ ਕੁਛ ਨਹੀਂ ਹੈ ਜੀ। ਆਪਕਾ ਕੇਜਰੀਵਾਲ ਨਿਰਦੋਸ਼ ਹੈ ਸਰ, ਅਬ ਨਿਰਦੋਸ਼ ਨਹੀਂ ਹੋਤਾ ਕਿਉਂ ਡਰਤਾ ਹੈ ਮੋਦੀ, ਮੋਦੀ ਨੇ ਸਿਰਫ ਇਹ ਦੇਖਾ ਕੇਜਰੀਵਾਲ, ਕੇਜਰੀਵਾਲ ਸੇ ਡਰਤਾ ਹੈ ਨਾ ਮੋਦੀ, ਇਸ ਲਈ ਉਨ੍ਹੋਂਨੇ ਕੇਜਰੀਵਾਲ ਕੋ ਅੰਦਰ ਡਾਲ ਦਿਆ, ਜਬਕਿ ਸੁਪਰੀਮ ਕੋਰਟ ਉਨਕੋ ਜ਼ਮਾਨਤ ਦੇਣੇ ਜਾ ਰਹੀ ਥੀ, ਰਾਤੋ ਰਾਤ ਉਨ੍ਹੋਂਨੇ 10:30 ਵਜੇ ਤਿਹਾੜ ਜੇਲ੍ਹ ਮੇ ਭੇਜ ਦੀ ਸੀਬੀਆਈ, ਆਲਰੇਡੀ ਵੋ ਤਿਹਾੜ ਜੇਲ੍ਹ ਮੇ ਥੇ, ਫਿਰ ਉਸਕੇ ਬਾਅਦ ਉਨਕੀ ਕੋਰਟ ਮੇ ਪੇਸ਼ੀ ਹੋਈ ਸੁਪਰੀਮ ਕੋਰਟ ਮੇ, ਉਨ੍ਹੋਂਨੇ ਕਿਆ ਕੀਆ, ਸੁਪਰੀਮ ਕੋਰਟ ਸੇ ਉਨਕੋ ਅਰੈਸਟ ਕਰਵਾਇਆ ਔਰ 5 ਦਿਨ ਕੀ ਉਨਕੋ ਉਨ੍ਹੋਂ 5 ਦਿਨ ਕੀ ਉਨਕੀ ਰਿਮਾਂਡ ਮੰਗੀ, ਜਿਸਮੇ ਕਿ ਸੁਪਰੀਮ ਕੋਰਟ ਨੇ ਫਿਰ ਵੀ ਦੇਖਤੇ ਹੋਏ ਕਾਨੂੰਨ ਕੈਦ ਮੇ ਉਨ੍ਹੋਂਨੇ 3 ਦਿਨ ਕੀ
दी है, लेकिन क्या होगा जब उनके पास कोई सबूत नहीं है। ढाई साल पहले क्या सॉरी थी सीबीआई, जो उनको जमानत मिल रहे थे और एकदम उन्होंने रातों रात उन्होंने सीबीआई को भेज दिया। क्यों? क्योंकि मोदी डरता है कहीं बाहर ना आ जाए। अगर बाहर आ जाएगा केजरीवाल तो फिर वो तो गया, क्योंकि दिल्ली की 7 सीट उसको नहीं मिली है, ये हम भी जानते हैं। उड़ीसा आज 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 फिर उनको पेश किया जाएगा। अगर आज फिर रिमांड की मांग की जाती है तो शायद सीबीआई के पास कुछ सबूत होंगे तभी रिमांड मांगे। कोई सबूत है ही नहीं सर, कोई सबूत नहीं है। अगर सबूत होते तो आज तक लाए क्यों नहीं? कुछ नहीं है, सिर्फ अंदर रखने का है कि मोदी की नाक नीचे ना हो जाए, इसलिए मोदी की नाक आ रही है। भाजपा सरकार हर बार कहती है कि दिल्ली के लोगों को सिर्फ फ्री बिजली पानी देकर ही जो है बेवकूफ बनाया जा रहा है, जो घोटाले हो रहे हैं, जो घपले हो रहे हैं, लोगों पर उनकी नजर नहीं जा रही। तो बीजेपी वाले बिल भरो, मना थोड़ा ना कर रखा है, बीजेपी वाले बिल भरो। सर बीजेपी खुद घोटाला है, वो कैसे कह सकती है घोटाला है? बीजेपी आज दिल्ली की पूरी जनता केजरीवाल के सपोर्ट में है। केजरीवाल की सारी सीटें जो उन्होंने बेईमानी से अपने नाम करी है, बीजेपी को कोई पसंद नहीं करता है सर दिल्ली के अंदर कोई भी, तो वो कैसे कह सकता है जब जनता उनके साथ में है। अभी 31 मार्च को महारैली निकली थी, कहाँ कहाँ से लोग आए, अभी देख लो ना उसके गढ़ में, उसी के गढ़ में कांग्रेस का पर्चा उसने कैंसिल कर दिया। अपनी हुकूमत के तौर पे उसने अपना आपको इलेक्शन होने से पहले ही उन्होंने अपने आप को विजय घोषित कर दिया जनता का पैसे का, और ये सत्ता का दुरुपयोग कर रहे हैं। ईडी और सीबीआई का बहुत गंदे तरीके से इस्तेमाल किया जा रहा है। तो सीबीआई केजरीवाल को रिहा करने पहुंची है, उनके पास कोई सबूत नहीं है कि ये मोदी कुछ भी कर ले सीबीआई के केजरीवाल के लिए, केजरीवाल तो बाहर आएगा ही। आम आदमी पार्टी के कामों की पोल खोलती हुई भाजपा सरकार नजर आती है, जिस तरीके से कल बारिश इतनी हुई, पानी पूरी दिल्ली में हो गया, ऐसे लग रहा है जैसे पानी दिल्ली में पानी नहीं, पानी में दिल्ली जा चुकी है। देखिए सर, केजरीवाल को पहले तो वो काम करने नहीं देती है बीजेपी, कभी किसी चीज में इल्जाम में फांस देते हैं, कभी किसी चीज के इल्जाम में उसको फांस देते हैं। खुद क्या कर रहे हैं वो, अब अशोकनगर ले लो, शाहदरा विधानसभा, वहाँ पर तो उनकी अपनी है ना बीजेपी की निगाह, ये रीना महेश्वरी क्या करती है बीजेपी की, इतनी कंप्लेंट करी है हम लोगों ने, फेसबुक पर डाली है बीजेपी की, कोई भी कार्रवाई नहीं। आप अगर आपको देखना है तो आप वहाँ देखो जो बीजेपी के है, बीजेपी की सरकार है। दिल्ली की बात करें तो फिर दिल्ली की मैं बात कर रहा हूँ, अगर इतना आप कह रहे हैं भाजपा सरकार जो है जबरदस्ती की राजनीति कर रही है, उनको फंसा रही है, तो दिल्ली में सरकार फिर अब की बार क्यों नहीं बन पाई? दिल्ली में सरकार तो उसी की थी सर जी, है केजरीवाल की सरकार है, उसे तो कोई खत्म ही नहीं कर सकता, उसे कोई खत्म नहीं कर सकता। लोकसभा की सीटें क्यों नहीं जीत पाई आम आदमी? लोकसभा एक भी सीट नहीं जीत। देखिए सर, लोकसभा की सीटें तो सारी उन्हीं के नाम में, अब उन्होंने बेईमानी गड़बड़ घोटाला किया है, बीजेपी ने गड़बड़ घोटाले से उन्होंने अपने नाम में दिखाई है दिल्ली की सारी सीटें, क्या सबूत है? अब आप यही देख लीजिएगा ना बीजेपी क्या कर रही है, क्या कर रही है बीजेपी के, बीजेपी ने एक भी अच्छा काम नहीं किया है, और अभी भी बीजेपी के खिलाफ कितने वो हो रहे हैं, उनको कौन है सर उनके खिलाफ करने वाला? कुछ नहीं है सर, कुछ नहीं। देख सकते हो लोगों का गुस्सा लगातार फुटता हुआ नजर आ रहा है, दूर दूर तक जो मैं गल करा तो हर एक कितने लोग जड़े है यही कहते हुए दिखाई दे रहे हैं कि भाजपा का जड़ा है वो जो रवैया है वो बदले की राजनीति वर्ग है, और दूसरे पास जो मैं गल करा तो इत्थे भाजपा का कुछ ही मीटर की दूरी के उत्ते दफ्तर है जिथे जो है हुण कुछ ही देर बाद आम आदमी पार्टी के नेतावां वालों आम आदमी पार्टी के कार्यकर्ताओं वालों जिहड़ा है वो भाजपा के मुख दफ्तर के वल जाया जाएगा। तुसीं देख सकते हो सुरक्षा के किन्ने इंतजाम किए गए हैं, भारी पुलिस बल जिहड़ा है दिल्ली पुलिस का वो तैनात किया होया,
ਇੰਨੇ ਸੁਰੱਖਿਆ ਦੇ ਕੜਰੇ ਇੰਤਜ਼ਾਮ ਜਿਹੜੇ ਕੀਤੇ ਗਏ ਨੇ, ਕਿਉਂਕਿ ਇੱਥੋਂ ਹੀ ਕੁਛ ਹੀ ਦੂਰੀ ਦੇ ਉੱਤੇ ਜਿਹੜਾ ਹੈ ਭਾਜਪਾ ਦਾ ਮੁੱਖ ਦਫ਼ਤਰ ਹੈ ਜਿੱਥੇ ਇਹ ਲੋਕ ਜਿਹੜੇ ਨੇ ਉਹ ਪਹੁੰਚ ਕੇ ਵਿਰੋਧ ਪ੍ਰਦਰਸ਼ਨ ਕਰਨਗੇ, ਕਿਉਂਕਿ ਭਾਜਪਾ ਦੀ ਜੋ ਰਾਜਨੀਤੀ ਆ ਉਸ ਨੂੰ ਲੈ ਕੇ ਲੋਕ ਜਿਹੜੇ ਆ ਦਿੱਲੀ ਦੇ ਆਮ ਲੋਕ ਵੀ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਵੀ ਜਿਹੜੇ ਨੇ ਕਾਫੀ ਗੁੱਸੇ ਦੇ ਵੀ ਦਿਖਾਈ ਦੇ ਰਹੇ ਨੇ ਔਰ ਲਗਾਤਾਰ ਇਹੀ ਮੰਗ ਕਰ ਰਹੇ ਨੇ ਕਿ ਇਨਸਾਫ ਹੋਣਾ ਚਾਹੀਦਾ ਕੇਜਰੀਵਾਲ ਦੇ ਨਾਲ, ਕੇਜਰੀਵਾਲ ਨੂੰ ਜੇਲ੍ਹ 'ਚੋਂ ਬਾਹਰ ਆਉਣਾ ਚਾਹੀਦਾ, ਉਹਨਾਂ ਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ ਰੈਗੂਲਰ ਬੇਸ ਦੇ ਉੱਤੇ, ਔਰ ਜੋ ED ਤੋਂ ਬਾਅਦ ਹੁਣ CBI ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਇਸ ਦਿਨ ਲੈ ਕੇ ਜਿਹੜਾ ਹੈ ਸਾਫ਼ ਪਤਾ ਲੱਗਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਬਦਲੇ ਦੀ ਰਾਜਨੀਤੀ ਦੇ ਨਾਲ ਭਾਜਪਾ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਹੈ, ਕਿਉਂਕਿ ਕਿ ਬੇਸ਼ੱਕ ਦੇਸ਼ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੀ ਹੈ, ਪਰ ਲੇਕਿਨ ਕਿਤੇ ਨਾ ਕਿਤੇ ਗ੍ਰਾਫ ਜਿਹੜਾ ਭਾਜਪਾ ਦਾ ਕਾਫੀ ਡਿੱਗਿਆ ਵੀ ਹੈ ਇਸ ਵਾਰ ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ। ਅਤੇ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਦੁਪਹਿਰ ਤੋਂ ਬਾਅਦ ਜਿਹੜਾ ਟ੍ਰਾਇਲ ਕੋਰਟ ਦੇ ਵਿੱਚ ਫਿਰ ਪੇਸ਼ ਕੀਤਾ ਜਾਏਗਾ CBI ਦੁਆਰਾ, ਸ਼ਾਇਦ ਹੋਰ ਰਿਮਾਂਡ ਮੰਗਣ ਦੀ ਮੰਗ ਜਿਹੜੀ ਹੈ CBI ਵੱਲੋਂ ਕੀਤੀ ਜਾ ਸਕਦੀ, ਕਿਉਂਕਿ ਜਿਸ ਤਰੀਕੇ ਨਾਲ CBI ਨੇ ਦਲੀਲਾਂ ਦਿੱਤੀਆਂ ਸੀ ਅਤੇ ਉਸ ਤੋਂ ਬਾਅਦ ਫੈਸਲਾ ਰਾਖਵਾਂ ਰੱਖਣ ਤੋਂ ਬਾਅਦ ਦੇਰ ਸ਼ਾਮ ਬਾਅਦ ਜਦੋਂ ਫੈਸਲਾ ਸੁਣਾਇਆ ਗਿਆ ਤਾਂ ਉਹਦੇ ਵਿੱਚ ਇਹੀ ਕਿਹਾ ਗਿਆ ਸੀਗਾ ਕਿ ਜੋ 3 ਦਿਨ ਦਾ ਰਿਮਾਂਡ ਮਿਲਿਆ ਉਸ ਤੋਂ ਬਾਅਦ ਅੱਜ ਜੋ ਸਮਾਂ ਖਤਮ ਹੋ ਰਿਹਾ, ਹੁਣ ਦੁਬਾਰਾ CBI ਜੇਕਰ ਪੇਸ਼ ਹੁੰਦੀ ਹੈ ਤਾਂ ਸ਼ਾਇਦ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਲਈ ਸਮਾਂ ਜਿਹੜੀ ਹੈ ਉਹ ਮੰਗ ਸਕਦੀ ਹੈ। ਦੇਖਣਾ ਹੋਏਗਾ ਦੁਪਹਿਰ ਤੋਂ ਬਾਅਦ ਜਿਹੜਾ ਹੈ ਸ਼ਾਮ ਤੱਕ ਅਰਵਿੰਦ ਕੇਜਰੀਵਾਲ ਨੂੰ ਜੇਕਰ ਪੇਸ਼ ਕੀਤਾ ਜਾਂਦਾ ਤਾਂ CBI ਵੱਲੋਂ ਹੋਰ ਕਿਸ ਤਰੀਕੇ ਦੀ ਦਲੀਲਾਂ ਜਾਂ ਕੋਈ ਚਾਰਜਸ਼ੀਟ ਜਾਂ ਕੁਝ ਇਹੋ ਜਿਹੇ ਸਬੂਤ ਪੇਸ਼ ਕੀਤੇ ਜਾਂਦੇ ਤਾਂ ਕਿ ਹੋਰ ਸਮਾਂ ਜਿਹੜਾ ਉਹਨਾਂ ਦੇ ਲਈ ਮੰਗਿਆ ਜਾ ਸਕੇ ਅਤੇ ਪੂਰੇ ਸਬੂਤ ਜਿਹੜੇ ਹੋਰ ਇਕੱਠੇ ਕੀਤੇ ਜਾ ਸਕਣ ਅਤੇ ਸਾਰੀ ਮਨੀ ਟ੍ਰੇਲ ਦਾ ਸ਼ਰਾਬ ਨੀਤੀ ਦੇ ਵਿੱਚ ਘੁਟਾਲੇ ਦਾ ਜਿਹੜਾ ਪਤਾ ਲਗਾਉਣ ਦੇ ਵਿੱਚ CBI ਔਰ ED ਜਿਹੜੀ ਆ ਕਾਮਯਾਬ ਹੋ ਸਕੇ, ਇਹਨਾਂ ਨੂੰ ਲੈ ਕੇ ਜਿਹੜਾ ਹੈ ਕੁਛ ਹੀ ਦੇਰ ਬਾਅਦ ਜਿਹੜਾ ਹੈ ਉਹ ਸਾਫ਼ ਹੋ ਜਾਏਗਾ। ਕੈਮਰਾ ਪਰਸਨ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾ ਨਿਊਜ਼ ਦਿੱਲੀ।